ਇਹਨੂੰ ਗੁਪਤੀ ਦਾ ਸਮਝ ਨਹੀਂ। ਇਹ ਪੰਜਾਬ ਆ, ਪੰਜਾਬ ਆ ਚਿਰਕਾ ਮਰਵਾ ਦੇਣਗੇ ਪੈਰਾਂ ਥੱਲੇ ਅੱਗ ਵਿਚਾਰਿਆਂ ਦੇ ਅੱਗ। ਇਹ ਉਹਨੇ ਵਾਰਸ ਨੇ ਜਿਹਨੇ 1.25 ਲੱਖ ਵਾਲਾ ਇੱਕ ਬਣਾਇਆ ਇੱਕ, ਇਸ ਕਰਕੇ ਧਿਆਨ ਮਾਰ ਲਈ ਸੈਂਟਰ ਦੀਆਂ ਸਰਕਾਰੇ। ਪੰਜਾਬ ਦਾ ਬਲਿੰਗ ਦਿੱਲੀ ਤੂੰ ਕੱਢ ਦੇਣੀ ਵਹਿਮ, ਸਾਰੇ ਜੱਟ ਇਕੱਠੇ ਹੋਏ ਇਸ ਫਿਰਦੇ ਆ ਕੈਮ, ਜੱਟ ਜੱਟ ਸਾਰੇ ਇਕੱਠੇ ਤੁਰੇ ਆਉਂਦੇ ਆ, ਇਹ ਸੜਕਾਂ ਤੇ ਟਰੈਕਟਰ ਨਾਲ ਪਹਿਲ ਪਾਉਂਦੇ ਆ। ਹਲੇ ਦਿੱਤਾ ਜਾਂ ਨਹੀਂ ਦੂਜਾ ਗੇੜਾ, ਡਰਦੇ ਹੋ ਕਿਉਂ? ਅਸੀਂ ਮੁੜ ਜਾਂਗੇ ਪੁੱਟਾ, ਸਾਡਾ ਹੱਕ ਦੇ ਦਿਓ। ਤੁਸੀਂ ਦੱਬ ਛੋਟਿਆਂ ਨੂੰ ਕਿਉਂ ਬਣਦੇ ਹੋ ਚੈਂਪ, ਸਾਡੇ ਟਰੈਕਟਰਾਂ ਤੇ ਵੀ ਰੱਖਿਆ ਨਹੀਂ ਵੱਡੇ ਵੱਡੇ ਰੈਂਪ। ਤੈਨੂੰ ਅਕਲ ਐ ਨਾ ਪੋਰਾ, ਤੂੰ ਖਾਧਾ ਸਾਡਾ ਹੱਕ, ਦਿੱਲੀ ਐ ਨਹੀਂ ਆਧਾ ਮਾਣ ਆਧੇ ਕੋਲ ਰੱਖ, ਜਦੋਂ ਆਈ ਉੱਤੇ ਆ ਗਏ ਤੇ ਬਚਣਾ ਨਾ ਕੱਖ, ਜਦੋਂ ਆਈ ਉੱਤੇ ਆ ਗਏ। ਕਿਸਾਨ ਦਿੱਲੀ ਤੇਰਾ ਨਕਸ਼ਾ ਘੁਮਾ ਦੇਣਗੇ, ਇਹ ਹੈਗੇ ਸਾਰੇ ਦੇਸੀ, ਕੋਈ ਛੱਡ ਦੇਣਾ ਪੇਸ਼ੀ, ਇਹ ਆਪ ਦਾ ਹੱਕ ਆ ਕੇ ਖੋ ਲੈਣਗੇ। ਇਹ ਤੋੜ ਬੇਰੀ ਗੇਟ ਤੁਰੇ ਆਉਂਦੇ, ਛੇਤੀ ਛੇਤੀ ਤੁਸੀਂ ਇੱਕ ਮਾਰੋਗੇ ਇਹ ਚਾਰ ਦੇਣਗੇ, ਤੁਸੀਂ ਇੱਕ ਮਾਰੋਗੇ ਇਹ ਚਾਰ ਦੇਣਗੇ। ਇਹ ਬਾਗੀਆਂ ਦੇ ਮੁੰਡੇ ਨਾ ਅੱਤਵਾਦੀ ਹੁੰਦੇ, ਬਾਬਾ ਦੀਪ ਆ ਮਹਾਨ ਜਿਹੜਾ ਲੜਾ ਬਿਨਾਂ ਸ਼ੀਸ਼, ਸਾਡਾ ਗੁਰੂ ਹੈਗਾ ਉਹੀ ਅਸੀਂ ਪਵਾ ਦਿਆਂਗੇ ਚੀਸ, ਚੇਲੇ ਅਸੀਂ ਹੈਗੇ ਉਹਦੇ ਅਸੀਂ ਪਵਾ ਦਿਆਂਗੇ ਚੀਸ। ਬਾਬੇ ਦੀਪ ਦਾ ਇੱਕ ਚੇਲਾ ਮਾਰਦਾ ਹੈ 20 ਕਲਾ, ਆ ਜਾਏ ਜਦੋਂ ਸਾਹਮਣੇ ਉਹ ਮਾਰਦਾ ਹੈ 20। ਸਾਡਾ ਗੁਰੂ ਆ ਗੋਬਿੰਦ ਜੀ ਨੂੰ ਮਾਣ ਨਾ ਉਹ ਕੱਖ ਲੜਾ ਵਿੱਚ ਚਿੜੀ ਨਾਲ ਬਾਜ ਬੰਦਾ ਇੱਕ ਨਾਲ ਲੱਖ, ਤੁਸੀਂ ਦੱਸ ਦੇ ਅੱਤਵਾਦੀ ਕੱਢ ਦੋ ਸ਼ੱਕ, ਆਦਾ ਕੱਢ ਦੋ ਸ਼ੱਕ। ਕਿਸਾਨੀ ਬਖਸ਼ੀ ਆ ਸਾਨੂੰ ਗੁਰੂ ਨਾਨਕ ਦੇਵ ਨੇ, ਤੁਸੀਂ ਕਰਤਾ ਨਾ ਸ਼ਾਹੀ ਕਿਵੇਂ ਖੋ ਲਓਗੇ? ਗੁਰੂ ਗੋਬਿੰਦ ਆ ਕੱਢਾ ਸਾਡੇ ਮਨ ਵਿੱਚੋਂ ਡਰ ਜਿਵੇਂ ਲਏ, ਤੁਸੀਂ ਲੱਖ ਕਿਵੇਂ ਸਟਾਪ। ਸਾਡਾ ਗੁਰੂ ਆ ਗੋਬਿੰਦ ਜੀ ਨੂੰ ਮਾਣ ਨਾ ਉਹ ਕੱਖ ਲੜਾ ਵਿੱਚ ਚਿੜੀ ਨਾਲ ਬਾਜ ਬੰਦਾ ਇੱਕ ਨਾਲ ਲੱਖ, ਤੁਸੀਂ ਦੱਸੋ ਅੱਤਵਾਦੀ ਇਹ ਕੱਢ ਦੋ ਸ਼ੱਕ, ਤੁਸੀਂ ਦੱਸੋ ਅੱਤਵਾਦੀ ਇਹ ਕੱਢ ਦੋ ਸ਼ੱਕ। ਸਾਨੂੰ ਬਖਸ਼ੀ ਕਿਸਾਨੀ ਬਾਬਾ ਨਾਨਕ ਦੇਵ ਨੇ, ਤੁਸੀਂ ਕਰ ਤਾ ਨਸ਼ਾਈ ਕਿਵੇਂ ਖੋ ਲਓਗੇ? ਗੁਰੂ ਗੋਬਿੰਦ ਆ ਕੱਢਾ ਸਾਡੇ ਮਨ ਵਿੱਚੋਂ ਡਰ ਜਿਵੇਂ ਲਏ, ਤੁਸੀਂ ਹੱਕ ਉਵੇਂ ਪੁੱਠੇ ਦਓਗੇ, ਜਿਵੇਂ ਲਏ ਤੁਸੀਂ ਹੱਕ ਉਵੇਂ ਪੁੱਠੇ ਦਓਗੇ।